ਬੰਦੇ ਵਾਲੇ ਕੰਮ ਕਰ ਲਓ, ਅਤੇ ਜੇ ਕਿਸੇ ਦੁੱਖ ਤਕਲੀਫ ਆ ਭੈਣ ਚੋਦ ਨੂੰ ਨੰਬਰ ਆਪਦਾ ਸੈਂਡ ਕਰਕੇ ਗੱਲ ਕਰ ਸਕਦਾ, ਸਿੱਧੀ ਗੱਲ ਕਰ ਸਕਦਾ, ਅਤੇ ਘਰ ਆਣ ਕੇ ਤੁਹਾਡੀ ਮਾਂ ਕਰਾਂਗੇ, ਅਤੇ ਇੱਕ ਉਹ ਅਮੈਰੀਕਾ ਵਾਲਾ ਅਤੇ ਬੰਦੇ ਵਾਲੇ ਕੰਮ ਕਰ ਲਾ, ਕੁੱਲੜ ਪੀਜ਼ੇ ਵਾਲੇ ਤਾਂ ਅਸੀਂ ਰਹਿਣਗੇ ਜਿਹੜੇ ਤੁਸੀਂ ਸਮਝ ਹੀ ਬੈਠੇ ਹੋ। ਜਨਾਨੀਆਂ ਦੀਆਂ ਗੱਲਾਂ ਨਾ ਕਰੋ, ਪਹਿਲਾਂ ਹੀ ਚੌਲਾਂ ਬਹੁਤ ਘੁੱਟਦੇ ਪਏ ਆ ਲੋਕ, ਚੌਲਾਂ ਨਾ ਘੁੱਟੋ, ਪਹਿਲੀ ਤੇ ਲਾਸਟ ਵਾਰੀ ਪਿਆਰ ਨਾਲ ਕਹਿਤਾ, ਸੋਚੋ ਸਮਝੋ ਅਤੇ ਟਿਕ ਜਾਓ। ਟੈਟੂਆਂ ਵਾਲੇ ਮੁੰਡੇ ਸੁੱਖ ਰਤੀਏ ਦਾ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਏ। ਪਹਿਲਾਂ ਮਨਜੀਤ ਕੌਰ ਨਾਲ ਇਸ ਦਾ ਮੁੱਦਾ ਖਤਮ ਨਹੀਂ ਹੋ ਰਿਹਾ। ਮਨਜੀਤ ਕੌਰ ਨੇ ਵੀ ਸੁੱਖ ਰਤੀਏ 'ਤੇ ਕਾਫੀ ਜ਼ਿਆਦਾ ਇਲਜ਼ਾਮ ਲਗਾਏ ਸੀ। ਮੈਨੂੰ ਇਸਨੇ ਪਹਿਲਾਂ ਆਪਣੇ ਘਰਦਿਆਂ ਨਾਲ ਮਿਲਾਇਆ, ਮੈਨੂੰ ਵਿਆਹ ਦੇ ਲਾਰੇ ਵੀ ਲਾਏ ਅਤੇ ਬਾਅਦ ਵਿੱਚ ਹੁਣ ਮੁੱਕਰ ਗਿਆ। ਸੋਸ਼ਲ ਮੀਡੀਆ ਦੇ ਚਾਰੇ ਪਾਸੇ ਸੁੱਖ ਰਤੀਆ ਅਤੇ ਮਨਜੀਤ ਕੌਰ ਦੇ ਚਰਚੇ ਸੀ, ਪਰ ਹੁਣ ਸੁੱਖ ਰਤੀਆ ਤੁਹਾਨੂੰ ਸੁਰੋਹੀ ਨਾਮ ਦੀ ਕੁੜੀ ਨਾਲ ਕਾਫੀ ਚਰਚਾ ਦੇ ਵਿੱਚ ਹੈ। ਮਨਜੀਤ ਕੌਰ ਨੂੰ ਉਸਦੇ ਇਹ ਕੰਮ ਚੰਗੇ ਨਹੀਂ ਲੱਗੇ ਅਤੇ ਮਨਜੀਤ ਕੌਰ ਲਾਈਵ ਆ ਕੇ ਸੁੱਖ ਰਤੀਆ ਬਾਰੇ ਕਈ ਖੁਲਾਸੇ ਕਰ ਚੁੱਕੀ ਹੈ। ਪੋਡਕਾਸਟ ਦੇ ਵਿੱਚ ਵੀ ਸੁੱਖ ਰਤੀਏ ਨੂੰ ਭੰਡ ਚੁੱਕੀ ਹੈ। ਸੁੱਖ ਰਤੀਏ ਅਤੇ ਤਨੂੰ ਸੁਰੋਹੀ ਦੇ ਬਾਰੇ ਲੋਕ ਪੇਜਾਂ 'ਤੇ ਕਾਫੀ ਜ਼ਿਆਦਾ ਗਲਤ ਟਿੱਪਣੀਆਂ ਕਰ ਰਹੇ ਨੇ। ਸੁੱਖ ਰਤੀਆ ਨੇ ਤੋੜੀ ਆਪਣੀ ਚੁੱਪੀ, ਇੰਸਟਾ 'ਤੇ ਵੀਡੀਓ ਪਾ ਕੇ ਕੱਢੀ ਆਪਣੇ ਮਨ ਦੀ ਭੜਾਸ। ਤਨੂੰ ਸੁਰੋਹੀ ਨੇ ਵੀ ਕਿਹਾ, ਅਸੀਂ ਚੰਗੇ ਦੋਸਤ ਹਾਂ, ਅਤੇ ਗੁੱਸੇ ਵਿੱਚ ਆਏ ਸੁੱਖ ਰਤੀਏ ਨੇ ਕਿਹਾ, ਅਸੀਂ ਕੁੱਲੜ ਪੀਜ਼ੇ ਵਾਲੇ ਤਾਂ ਹੈ ਨਹੀਂ, ਐਵੇਂ ਸਾਡੀ ਬਦਨਾਮੀ ਨਾ ਕਰੋ। ਸੁੱਖ ਰਤੀਏ ਨੇ ਕਿਹਾ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕਾਲ ਕਰੋ, ਆਪਦਾ ਨੰਬਰ ਭੇਜੋ, ਟਿਕ ਕੇ ਬਹਿ ਜਾਓ। ਪਹਿਲਾਂ ਹੀ ਲੋਕਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ। ਦੋਸਤੋ, ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ। ਬਾਕੀ ਜੋ ਵੀਰ ਅਤੇ ਭੈਣਾਂ ਆਪਣੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।